ਤੇ ਕਿੱਦਾਂ ਦੋਸਤੋ, ਆਫ ਕਰਦਾ ਤੋਂ ਸਾਰੇ ਵਧੀਆ ਹੋ ਗਏ। ਅੱਜ ਆਪਾਂ ਗੱਲ ਕਰਨ ਜਾ ਰਹੇ ਹਾਂ ਸਿੱਧੂ ਮੂਸੇਵਾਲੇ ਬਾਈ ਦੇ ਫਾਦਰ ਜੀ ਨੇ ਸਿੱਧੂ ਬਾਈ ਦੇ ਅਪਕਮਿੰਗ ਸੌਂਗਸ ਦੇ ਬਾਰੇ, ਵਿਰੋਧੀਆਂ ਨੂੰ ਕੀ ਕੁਛ ਕਿਹਾ, ਨਾਲ ਸਿੱਧੂ ਮੂਸੇਵਾਲੇ ਬਾਈ ਦੀ ਮੂਸਾ ਜੱਟ ਵਾਲੀ ਐਕਟਰ ਸਵਿਤਾਜ ਬਰਾੜ ਨੇ ਇੱਕ ਇੰਟਰਵਿਊ ਚ ਕਿਹਾ ਖੁਦ ਸਿੱਧੂ ਬਾਈ ਨਾਲ ਇੱਕ ਰੋਮਾਂਟਿਕ ਗਾਣਾ ਆਣਾ ਹਨ, ਰਿਲੀਜ਼ ਨਹੀਂ ਹੋਇਆ, ਉਹਦੀ ਵੀ ਆਪਾਂ ਗੱਲਬਾਤ ਕਰ ਲਾਂਗੇ। ਚਲੇ ਸ਼ੁਰੂ ਕਰਦੇ ਹਾਂ। ਸਭ ਤੋਂ ਪਹਿਲਾਂ ਆਪਾਂ ਗੱਲ ਕਰਨੇ ਨੇ ਜਿਵੇਂ ਕਿ ਰੀਸੈਂਟਲੀ ਅਟੈਚ ਗਾਣਾ ਰਿਲੀਜ਼ ਹੋਇਆ ਜੀ, ਪਤਾ ਨਹੀਂ ਕਿਉਂ ਜਮਾ ਹੋਈ ਅਟੈਚ ਤੇਰੇ ਨਾਲ, ਕਾਣ ਰੋਮਾਂਟਿਕ ਸੀ, ਹਰ ਪਾਸੇ ਗਾਣੇ ਨੇ ਫੁੱਲ ਵਾਈਬ ਮਚਾਈ ਹੋਈ, ਐਵਰੀ ਸਟ੍ਰੀਮਿੰਗ ਪਲੇਟਫਾਰਮ ਤੇ, ਸੋਸ਼ਲ ਮੀਡੀਆ ਤੇ, ਯੂਟਿਊਬ, ਹਰ ਪਾਸੇ ਹਰ ਥਾਂ ਗਾਣਾ ਟ੍ਰੈਂਡਿੰਗ ਵਿੱਚ ਹੈ। ਖਾਓ ਮਾਂ ਕਸਮ, ਕਸਮ ਵਾਲੀ ਗੱਲ ਏ। ਹੁਣ ਆਪਾਂ ਗੱਲ ਕਰ ਰਹੇ ਹਾਂ ਸਿੱਧੂ ਮੂਸੇਵਾਲੇ ਬਾਈ ਦੇ ਨਾਲ ਮੂਸਾ ਜੱਟ ਮੂਵੀ ਚ, ਟੀਵੀ ਦੇ ਸਵਿਤਾਜ ਬਰਾੜ ਨੇ ਇੱਕ ਨਵੇਂ ਇੰਟਰਵਿਊ ਚ ਕਿਹਾ ਉਹਦਾ ਇੱਕ ਗਾਣਾ ਰੋਮਾਂਟਿਕ ਗਾਣਾ ਸਿੱਧੂ ਮੂਸੇਵਾਲੇ ਬਾਈ ਦੇ ਨਾਲ, ਉਹਨਾਂ ਨੇ ਐਲਬਮ ਰਿਲੀਜ਼ ਕਰਨੀ ਸੀਗੀ, ਉਹਦੇ ਵਿੱਚ ਗਾਣਾ ਸੀਗਾ ਇੱਕ। ਸੋ ਬੇਸਿਕਲੀ ਉਹ ਜਿਹੜੀ ਸਟੋਰੀ ਸੁਣਾ ਰਹੀ ਉਹ ਮੂਸਾ ਜੱਟ ਮੂਵੀ ਦੇ ਸ਼ੂਟ ਦੇ ਟਾਈਮ ਦੀ ਹੈਗੀ, ਮੂਸਾ ਜੱਟ ਦੇ ਸ਼ੂਟ ਦੇ ਦੌਰਾਨ ਦੀ ਗੱਲ ਆ, ਉਹਨਾਂ ਨੇ ਸਾਰੇ ਗਾਣੇ ਸੁਣਾਏ ਐਲਬਮ ਦੇ। ਇੱਥੇ ਸਵਿਤਾਜ ਬਰਾੜ ਕਹਿੰਦੇ ਨੇ ਕਿ ਸਿੱਧੂ ਬਾਈ ਦੀ ਇੱਕ ਐਲਬਮ ਆਉਣੀ ਸੀ, ਉਹਦੇ ਵਿੱਚ ਉਹ ਗਾਣਾ ਰਿਲੀਜ਼ ਹੋਣਾ ਸੀ, ਉਹ ਗਾਣਾ ਰੋਮਾਂਟਿਕ ਸੀ, ਬਹੁਤ ਸੋਹਣਾ ਗਾਣਾ ਸੀਗਾ, ਮਤਲਬ ਕੁੜੀ ਦੀ ਬਿਊਟੀ ਤੇ ਗਾਣਾ ਸੀ, ਕੁੜੀਆਂ ਦੀ ਬਿਊਟੀ ਤੇ ਲਿਖਿਆ ਗਿਆ ਗਾਣਾ, ਉਹ ਵੀ ਸੈਂਸੇਬਲ ਤੇ ਇੱਜ਼ਤ ਵਾਲੇ ਲਫ਼ਜ਼ਾਂ ਦੇ ਵਿੱਚ, ਸੈਂਸੇਬਲ ਵਰਡਸ ਨਾਲ, ਬਹੁਤ ਇੱਜ਼ਤਦਾਰ ਲਫ਼ਜ਼ਾਂ ਨਾਲ ਕੁੜੀ ਦੀ ਤਾਰੀਫ ਕੀਤੀ ਹੋਈ ਸੀ। ਸਿੱਧੂ ਮੂਸੇਵਾਲੇ ਬਾਈ ਨੇ ਮੂਸਾ ਜੱਟ ਦੀ ਸ਼ੂਟਿੰਗ ਦੇ ਟਾਈਮ ਉਹਨਾਂ ਨੂੰ ਕਿਹਾ ਸੀ ਕਿ ਮੈਂ ਤੁਹਾਡੇ ਨਾਲ ਇੱਕ ਮਿਊਜ਼ਿਕ ਵੀਡੀਓ ਜ਼ਰੂਰ ਕਰਨੀ ਹੈ, ਸੋ ਮੇਰੀ ਐਲਬਮ ਵਿੱਚ ਤੁਸੀਂ ਗਾਣਾ ਸਿਲੈਕਟ ਕਰ ਲਓ, ਜਿਹੜਾ ਵੀ ਤੂੰ ਕਹੇਂਗੀ ਉਹਦੇ 'ਚ ਆਪਾਂ ਤੈਨੂੰ ਕਾਸਟ ਕਰ ਲਾਂਗੇ, ਕਰਨਾ ਮੈਂ ਹੈ ਹੀ ਆ ਇੱਕ ਗਾਣੇ 'ਚ। ਇੱਥੇ ਸਵਿਤਾਜ ਬਰਾੜ ਜੀ ਨੇ ਸਿੱਧੂ ਬਾਈ ਵੀ ਉਹੀ ਐਲਬਮ ਵਿੱਚੋਂ ਰੋਮਾਂਟਿਕ ਗਾਣਾ ਸਿਲੈਕਟ ਕੀਤਾ ਸੀ, ਸੋ ਫਿਰ ਮੈਨੂੰ ਇਹੀ ਗਾਣਾ ਵਧੀਆ ਲੱਗਿਆ ਸੀ, ਮੈਂ ਕਿਹਾ ਵੀਰੇ ਆਪਾਂ ਆਹ ਕਰਾਂਗੇ, ਉਹ ਕਹਿੰਦੇ ਠੀਕ ਆ। ਤੇ ਜਦੋਂ ਐਂਕਰ ਪੁੱਛਦੀ ਕਿ ਉਹ ਗਾਣਾ ਹਲੇ ਆਉਣਾ ਹੈ, ਦੀ ਬਿਊਟੀ ਤੇ ਗਾਣਾ ਸੀ, ਔਰ ਉਹ ਆਇਆ ਕਿ ਨਹੀਂ ਹੈ ਜੀ, ਨਹੀਂ ਹਲੇ ਨਹੀਂ ਆਇਆ। ਜਿਹੜੀ ਐਲਬਮ ਦੀ ਸਵਿਤਾਜ ਬਰਾੜ ਗੱਲ ਕਰ ਰਹੇ ਨੇ ਉਹ ਮੋਸਟ ਟੇਪ ਹੀ ਨਹੀਂ ਹੈਗੀ, ਉਹਨਾਂ ਨੇ ਐਲਬਮ ਰਿਲੀਜ਼ ਕਰਨੀ ਸੀਗੀ ਕੋਈ, ਨਾਟ ਮੋਸਟ ਟੇਪ, ਕੋਈ ਹੋਰ। ਓਕੇ, ਪਰ ਉਹ ਮਿਊਜ਼ਿਕ ਵੀਡੀਓ ਸਵਿਤਾਜ ਜੀ ਸ਼ੂਟ ਨਹੀਂ ਕਰ ਪਾਏ ਕਿਉਂਕਿ ਸਿੱਧੂ ਬਾਈ ਫੋਟੋਆਂ ਕਰਕੇ ਬਿਜ਼ੀ ਹੋ ਗਏ, ਉਸ ਤੋਂ ਬਾਅਦ ਸਿੱਧੂ ਬਾਈ ਦਾ ਟ੍ਰੈਜਿਕ ਡਿਮਾਈਸ ਹੋ ਗਿਆ, ਸੋ ਉਸ ਤੋਂ ਬਾਅਦ ਸਬਾਬ ਵੀ ਨਹੀਂ ਬਣਿਆ, ਗੋਡ ਹੈਡ ਡਿਫਰੈਂਟ ਪਲਾਨਸ। ਲੇਕਿਨ ਉਹ ਗਾਣਾ ਆਡੀਓ 'ਚ ਪਿਆ, ਹਲੇ ਵੀ ਆਡੀਓ 'ਚ ਰਿਲੀਜ਼ ਕੀਤਾ ਜਾਏਗਾ। ਦੀ ਬਿਊਟੀ ਤੇ ਗਾਣਾ ਸੀ, ਔਰ ਉਹ ਆਇਆ ਕਿ ਨਹੀਂ ਹੈ ਜੀ, ਨਹੀਂ ਹਲੇ ਨਹੀਂ ਆਇਆ। ਲੇਕਿਨ ਇੱਕ ਸੈਕਿੰਡ, ਨਹੀਂ ਹਲੇ ਅਜੇ ਨਹੀਂ ਆਇਆ, ਜਿੱਥੇ ਇੰਟਰਵਿਊਅਰ ਸਰਦਾਰ ਕੌਰ ਸਿੱਧੂ ਸਾਹਿਬ ਜੀ ਨੂੰ ਪੁੱਛਦਾ ਕਿ ਅਟੈਚ ਗਾਣੇ ਦੇ ਵਿਊਜ਼ ਆ ਰਹੇ ਨੇ, ਆਡੀਅੰਸ ਇੰਜੋਏ ਕਰ ਰਹੀ ਹੈ, ਇਸ ਤੋਂ ਬਾਅਦ ਸਿੱਧੂ ਬਾਈ ਦੇ ਕਿਹੜੇ ਪ੍ਰੋਜੈਕਟ ਪਏ ਨੇ, ਅਟੈਚ ਗੀਤ ਆ ਗਿਆ ਹੁਣ, ਆਉਣ ਵਾਲੇ ਸਮੇਂ ਦੇ ਵਿੱਚ ਹੋਰ ਕਿਹੜੇ ਕਿਹੜੇ ਇਹੋ ਜਿਹੇ ਗੀਤ ਨੇ? ਜਿੱਥੇ ਸਰਦਾਰ ਕੌਰ ਸਿੱਧੂ ਸਾਹਿਬ ਕਹਿੰਦੇ ਨੇ ਕਿ ਹਲੇ ਸਿੱਧੂ ਮੂਸੇਵਾਲੇ ਦੇ ਬੜੇ ਪ੍ਰੋਜੈਕਟ ਪਏ ਨੇ, ਆਉਣ ਵਾਲੇ ਕਾਫੀ ਸੌਂਗ ਸਾਡੇ ਕੋਲੇ ਪੈਂਡਿੰਗ ਨੇ, ਕੁਛ ਕੰਪਲੀਟ ਨੇ, ਕੁਛ ਇਨਕੰਪਲੀਟ ਨੇ, 19-21 ਰਹਿੰਦੀ ਹੈ, ਕਾਫੀ ਤਿਆਰ ਵੀ ਪਏ ਨੇ, ਕੁਛ ਥੋੜੇ ਬਹੁਤੇ 19-21 ਦੇ ਮਾੜਾ ਮੋਟਾ ਕਰਨ ਵਾਲੇ ਵੀ ਨੇ, ਉਹ ਵੀ ਕੰਪਲੀਟ ਹੋ ਜਾਣਗੇ ਜਲਦੀ, ਪਰੰਤੂ ਹਲੇ ਮੈਟਰ ਬਹੁਤ ਪਿਆ ਆਪਣੇ ਕੋਲ, ਯਾਨੀ ਕਿ ਸਿੱਧੂ ਬਾਈ ਦੇ ਗਾਣੇ ਹਲੇ ਬੜੇ ਪਏ ਨੇ ਜੋ ਕਿ ਅਪਕਮਿੰਗ ਨੇ। ਕੀ ਬਾਤ ਹੈ ਸਰ, ਫਿਰ ਉਹ ਐਂਡ ਤੇ ਕਹਿ ਦਿੰਦੇ ਕਿ ਸਿੱਧੂ ਦੀ ਕਮੀ ਜ਼ਰੂਰ ਹੈ, ਸਿੱਧੂ ਦੀ ਕਮੀ ਜ਼ਰੂਰ ਹੈ, ਪਰ ਇੰਨੀ ਵੀ ਜ਼ਿਆਦਾ ਨਹੀਂ ਕਿ ਵਿਰੋਧੀ ਸਾਹ ਚੱਕ ਜਾਣ, ਫਿਜ਼ੀਕਲ ਦੇ ਸਿੱਧੂ ਆਪਣੇ ਕੋਲ ਪ੍ਰੈਜ਼ੈਂਟ ਨਹੀਂ ਹੈਗਾ, ਬਟਵਾ ਦੀ ਮੌਜੂਦਗੀ ਦਾ ਅਹਿਸਾਸ ਵਿਰੋਧੀਆਂ ਨੂੰ ਦਵਾਉਂਦਾ ਰਹੇਗਾ, ਆਦੇ ਕੰਮ ਦੇ ਨਾਲ ਆਪਣੀ ਮੌਜੂਦਗੀ ਦਾ ਅਹਿਸਾਸ ਹਮੇਸ਼ਾ ਕਰਵਾਉਂਦਾ ਰਹੇ। ਸੋ ਹਲੇ ਬਹੁਤ ਕੰਟੈਂਟ ਆਉਂਦਾ ਵੇ ਹੈਗਾ, ਕਿਉਂਕਿ ਬਹੁਤ ਘੈਂਟ ਘੈਂਟ ਕੰਟੈਂਟ ਆਉਂਦਾ ਵੇ, ਹਲੇ ਰਿਕਾਰਡਡ ਵੀਡੀਓਸ ਵੀ ਹੋਰ ਪਈਆਂ ਨੇ, ਆਡੀਓ ਗਾਣੇ ਪਏ ਨੇ, ਮੁਜ਼ਾਬਾ ਪਈਆਂ ਨੇ, ਸਭ ਕੁਝ ਤੁਹਾਨੂੰ ਹੌਲੀ ਹੌਲੀ ਕਰਕੇ ਸੁਣਾ ਦਿੱਤਾ ਜਾਏਗਾ। ਪਰ ਗਾਣੇ ਬਹੁਤ ਆ ਰਹੇ ਨੇ ਡਾਲੇ, ਟੈਨਸ਼ਨ ਨਾ ਲਓ, ਰੂਹ ਖੁਸ਼ ਕਰ ਦੇਣਗੇ।